ਖਰੜ ਦੇ ਏਕਤਾ ਵਿਹਾਰ ਦੇ ਵਿੱਚ ਇੱਕ ਮੰਦਭਾਗਾ ਜਿਹੜਾ ਹਾਦਸਾ ਹੋਇਆ, ਜਿਹਦੇ ਵਿੱਚ ਏਕਤਾ ਨਾਂ ਦੀ ਜਿਹੜੀ ਕੁੜੀ ਸੀ ਉਹਦਾ ਮਰਡਰ ਹੋ ਗਿਆ। ਹਾਲਾਂਕਿ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਜ਼ਰੂਰ ਕਰ ਰਹੀ ਹੈ ਔਰ ਕਈ ਪਹਿਲੂਆਂ 'ਤੇ ਇਹਦੇ ਵਿੱਚ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਵੀ ਖੁਲਾਸਾ ਹੋਇਆ ਕਿ ਕਿਸ ਤਰ੍ਹਾਂ ਮਰਡਰ ਹੋਇਆ। ਪਰਿਵਾਰਿਕ ਮੈਂਬਰ ਸਾਡੇ ਨਾਲ ਨੇ, ਭਾਅ ਜੀ ਕਾਫੀ ਮੰਦਭਾਗੀ ਜਿਹੜੀ ਘਟਨਾ ਹੋਈ ਹੈ, ਹੁਣ ਪਰਿਵਾਰ ਕੀ ਮੰਗ ਕਰਨਾ? ਬਸ ਇਹੀ ਕਹਾਂਗੇ ਜੀ, ਇਨਸਾਫ਼ ਹੋਵੇ। ਪੁਲਿਸ ਵੀ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਾਲ ਕਰ ਰਹੀ ਹੈ, ਵੀ ਸਾਨੂੰ ਉਹਨਾਂ ਤੋਂ ਕੋਈ ਉਹ ਨਹੀਂ ਹੈਗਾ, ਲੇਕਿਨ ਬਸ ਇਹ ਹੈ ਵੀ ਜੋ ਵੀ ਸਾਡੀ ਕੁੜੀ ਦਾ ਹੋਇਆ ਵੀ ਮਾੜਾ ਹੋਇਆ ਉਹਦਾ ਇਨਸਾਫ਼ ਮਿਲਿਆ ਜਾਵੇ। ਠੀਕ ਹੈ ਸਰ, ਅਤੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤਾਂ ਪੁਲਿਸ ਕਰ ਰਹੀ ਹੈ, ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹਦੇ 'ਤੇ ਖੁਸ਼ ਹੋ ਤੁਸੀਂ? ਬਿਲਕੁਲ ਖੁਸ਼ ਹਾਂ ਜੀ, ਕੋਈ ਐਸੀ ਗੱਲ ਨਹੀਂ ਹੈ, ਸਾਨੂੰ ਕੋਈ ਉਹ ਨਹੀਂ ਲੱਗਿਆ ਹੈਗਾ, ਉਹ ਪ੍ਰੋਪਰ ਜੋ ਵੀ ਕਰ ਰਹੇ ਨੇ ਠੀਕ ਕਰ ਰਹੇ ਨੇ, ਸਾਨੂੰ ਹਾਲੇ ਤਾਂ ਕੋਈ ਐਸਾ ਨਹੀਂ ਲੱਗਿਆ ਹੈਗਾ। ਠੀਕ ਹੈ, ਅਤੇ ਪੋਸਟਮਾਰਟਮ ਹੋ ਗਿਆ ਸਿਸਟਰ ਦਾ? ਹਾਂ, ਪੋਸਟਮਾਰਟਮ ਕੱਲ੍ਹ ਹੋ ਗਈ। ਅੰਤਿਮ ਸੰਸਕਾਰ? ਅੰਤਿਮ ਸੰਸਕਾਰ ਅੱਜ ਕਰਾਂਗੇ। ਹਾਂਜੀ, ਤੁਸੀਂ ਕੁਛ ਕਹੋ? ਠੀਕ ਹੈ, ਅਤੇ ਗੱਡੀ ਵਗੈਰਾ ਦਾ ਹੋ ਗਿਆ ਸਰ, ਮਿਲ ਗਈ ਗੱਡੀ? ਹਾਲੇ ਅਸੀਂ ਕੁਛ ਨਹੀਂ ਜੀ, ਅਸੀਂ ਤਾਂ ਏਸੀ ਬੀਜੀ, ਸਾਨੂੰ ਪਤਾ ਹੀ ਨਹੀਂ ਕਿਆ ਹੋਇਆ ਕਿਆ ਨਹੀਂ, ਕੁਛ ਨਹੀਂ ਸਮਝ ਆ ਰਿਹਾ ਹਾਲੇ ਤਾਂ। ਕਾਫੀ ਇੱਕਦਮ ਸ਼ੌਕ ਹੈ। ਹਾਂਜੀ, ਹੋਰ ਕਰਦੇ ਜੀ, ਸਾਫ ਸਾਨੂੰ ਮਿਲਣਾ ਚਾਹੀਦਾ, ਮਿਲਣਾ ਚਾਹੀਦਾ ਜੋ ਕੁਛ ਵੀ ਹੋਇਆ ਇਸ ਤਰ੍ਹਾਂ ਦਾ, ਸਾਨੂੰ ਸਾਫ ਮਿਲਣਾ ਚਾਹੀਦਾ। ਬਿਲਕੁਲ, ਜਿਹੜੀ ਵੀ ਚੀਜ਼ਾਂ ਹੋਈਆਂ ਉਹ ਬਿਲਕੁਲ ਗਲਤ ਹੋਈਆਂ ਜੀ, ਨਹੀਂ ਹੋਣੀ ਚਾਹੀਦੀ, ਔਰ ਸ਼ੌਕਿੰਗ ਹੈ ਪਰਿਵਾਰ। ਅਤੇ ਬਿਲਕੁਲ ਪਰਿਵਾਰਿਕ, ਕਿਉਂਕਿ ਘਰ ਦੇ ਵਿੱਚ ਮਾਹੌਲ ਜਿਹੜਾ ਹੈਗਾ ਉਹ ਕਾਫੀ ਗਮਗੀਨ ਹੈਗਾ, ਔਰ ਇਨਵੈਸਟੀਗੇਸ਼ਨ ਪੁਲਿਸ ਦੀ ਪੁਆਇੰਟ ਟੂ ਪੁਆਇੰਟ ਕੀਤੀ ਜਾ ਰਹੀ ਹੈ, ਕਿਉਂਕਿ ਪਰਿਵਾਰਿਕ ਮੈਂਬਰ ਹਾਲਾਂਕਿ ਜ਼ਰੂਰ ਇਹਦੇ ਵਿੱਚ ਸ਼ੌਕਿੰਗ ਹੈ, ਕਿਉਂਕਿ ਇਹ ਸਾਰੀ ਜਿਹੜੀ ਵਾਰਦਾਤ ਹੋਈ ਹੈ ਉਹਦੇ ਵਿੱਚ ਕਿਸ ਤਰ੍ਹਾਂ ਪੂਰੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਔਰ ਉਸ ਤੋਂ ਬਾਅਦ ਇਹਨਾਂ ਦੀ ਹੀ ਗੱਡੀ, ਇਹਨਾਂ ਦੇ ਭਰਾ ਦੀ ਗੱਡੀ ਲੈ ਕੇ ਇੱਥੋਂ ਫਰਾਰ ਹੋ ਜਾਂਦਾ ਹੈ। ਹਾਲਾਂਕਿ ਸ਼ਾਹਬਾਦ ਦੇ ਵਿੱਚ ਉਹਦਾ ਐਕਸੀਡੈਂਟ ਹੋਇਆ, ਲੇਕਿਨ ਬੜੀ ਚੀਜ਼ਾਂ ਨੇ ਕਿ ਆਖਿਰ ਇਹ ਕਿਉਂ ਹੋਇਆ ਮਰਡਰ, ਕਾਰਨ ਕੀ ਸੀ, ਕਿਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਇਹਨਾਂ ਦੀ ਆਪਸੀ ਜਿਹੜੀ ਹੈਗੀ ਉਹ ਵਿਗੜੀ ਹੈ। ਇਸੇ ਘਰ ਦੇ ਵਿੱਚ ਫਸਟ ਫਲੋਰ ਦੇ ਵਿੱਚ ਇਹ ਪੂਰਾ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਅਤੇ ਜਿਹੜਾ ਹੁਣ ਵਿਅਕਤੀ ਹੋਸਪਿਟਲ ਦੇ ਪਿਆ ਕੁਰੇਸ਼ੀ, ਉਹਦੇ ਵਿੱਚ ਕਿਤੇ ਨਾ ਕਿਤੇ ਹੁਣ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਹੁਣ ਪੁਲਿਸ ਕਰਦੀ ਨਜ਼ਰ ਆ ਰਹੀ, ਲੇਕਿਨ ਹਲੇ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਜ਼ਰੂਰ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ, ਔਰ ਹੁਣ ਦੇਖਣਾ ਹੋਵੇਗਾ ਕਿ ਰੀਜ਼ਨ ਕੀ ਹੈ ਕਿ ਕਿਉਂ ਏਕਤਾ ਦਾ ਮਰਡਰ ਕੀਤਾ ਗਿਆ ਔਰ ਬੇਰਹਿਮੀ ਦੇ ਨਾਲ ਉਸਨੂੰ ਮਰਡਰ ਕੀਤਾ ਗਿਆ, ਔਰ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਹੈ। 2485B ਇਸ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਖਰੜ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਖਰੜ ਦੇ ਏਕਤਾ ਵਿਹਾਰ ਦੇ ਵਿੱਚ ਇੱਕ ਮੰਦਭਾਗਾ ਜਿਹੜਾ ਹਾਦਸਾ ਹੋਇਆ, ਜਿਹਦੇ ਵਿੱਚ ਏਕਤਾ ਨਾਂ ਦੀ ਜਿਹੜੀ ਕੁੜੀ ਸੀ ਉਹਦਾ ਮਰਡਰ ਹੋ ਗਿਆ। ਹਾਲਾਂਕਿ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਜ਼ਰੂਰ ਕਰ ਰਹੀ ਹੈ ਔਰ ਕਈ ਪਹਿਲੂਆਂ 'ਤੇ ਇਹਦੇ ਵਿੱਚ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਵੀ ਖੁਲਾਸਾ ਹੋਇਆ ਕਿ ਕਿਸ ਤਰ੍ਹਾਂ ਮਰਡਰ ਹੋਇਆ। ਪਰਿਵਾਰਿਕ ਮੈਂਬਰ ਸਾਡੇ ਨਾਲ ਨੇ, ਭਾਅ ਜੀ ਕਾਫੀ ਮੰਦਭਾਗੀ ਜਿਹੜੀ ਘਟਨਾ ਹੋਈ ਹੈ, ਹੁਣ ਪਰਿਵਾਰ ਕੀ ਮੰਗ ਕਰਨਾ? ਬਸ ਇਹੀ ਕਹਾਂਗੇ ਜੀ, ਇਨਸਾਫ਼ ਹੋਵੇ। ਪੁਲਿਸ ਵੀ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਾਲ ਕਰ ਰਹੀ ਹੈ, ਵੀ ਸਾਨੂੰ ਉਹਨਾਂ ਤੋਂ ਕੋਈ ਉਹ ਨਹੀਂ ਹੈਗਾ, ਲੇਕਿਨ ਬਸ ਇਹ ਹੈ ਵੀ ਜੋ ਵੀ ਸਾਡੀ ਕੁੜੀ ਦਾ ਹੋਇਆ ਵੀ ਮਾੜਾ ਹੋਇਆ ਉਹਦਾ ਇਨਸਾਫ਼ ਮਿਲਿਆ ਜਾਵੇ। ਠੀਕ ਹੈ ਸਰ, ਅਤੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤਾਂ ਪੁਲਿਸ ਕਰ ਰਹੀ ਹੈ, ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹਦੇ 'ਤੇ ਖੁਸ਼ ਹੋ ਤੁਸੀਂ? ਬਿਲਕੁਲ ਖੁਸ਼ ਹਾਂ ਜੀ, ਕੋਈ ਐਸੀ ਗੱਲ ਨਹੀਂ ਹੈ, ਸਾਨੂੰ ਕੋਈ ਉਹ ਨਹੀਂ ਲੱਗਿਆ ਹੈਗਾ, ਉਹ ਪ੍ਰੋਪਰ ਜੋ ਵੀ ਕਰ ਰਹੇ ਨੇ ਠੀਕ ਕਰ ਰਹੇ ਨੇ, ਸਾਨੂੰ ਹਾਲੇ ਤਾਂ ਕੋਈ ਐਸਾ ਨਹੀਂ ਲੱਗਿਆ ਹੈਗਾ। ਠੀਕ ਹੈ, ਅਤੇ ਪੋਸਟਮਾਰਟਮ ਹੋ ਗਿਆ ਸਿਸਟਰ ਦਾ? ਹਾਂ, ਪੋਸਟਮਾਰਟਮ ਕੱਲ੍ਹ ਹੋ ਗਈ। ਅੰਤਿਮ ਸੰਸਕਾਰ? ਅੰਤਿਮ ਸੰਸਕਾਰ ਅੱਜ ਕਰਾਂਗੇ। ਹਾਂਜੀ, ਤੁਸੀਂ ਕੁਛ ਕਹੋ? ਠੀਕ ਹੈ, ਅਤੇ ਗੱਡੀ ਵਗੈਰਾ ਦਾ ਹੋ ਗਿਆ ਸਰ, ਮਿਲ ਗਈ ਗੱਡੀ? ਹਾਲੇ ਅਸੀਂ ਕੁਛ ਨਹੀਂ ਜੀ, ਅਸੀਂ ਤਾਂ ਏਸੀ ਬੀਜੀ, ਸਾਨੂੰ ਪਤਾ ਹੀ ਨਹੀਂ ਕਿਆ ਹੋਇਆ ਕਿਆ ਨਹੀਂ, ਕੁਛ ਨਹੀਂ ਸਮਝ ਆ ਰਿਹਾ ਹਾਲੇ ਤਾਂ। ਕਾਫੀ ਇੱਕਦਮ ਸ਼ੌਕ ਹੈ। ਹਾਂਜੀ, ਹੋਰ ਕਰਦੇ ਜੀ, ਸਾਫ ਸਾਨੂੰ ਮਿਲਣਾ ਚਾਹੀਦਾ, ਮਿਲਣਾ ਚਾਹੀਦਾ ਜੋ ਕੁਛ ਵੀ ਹੋਇਆ ਇਸ ਤਰ੍ਹਾਂ ਦਾ, ਸਾਨੂੰ ਸਾਫ ਮਿਲਣਾ ਚਾਹੀਦਾ, ਸਾਫ ਮਿਲਣਾ ਚਾਹੀਦਾ। ਬਿਲਕੁਲ, ਜਿਹੜੀ ਵੀ ਚੀਜ਼ਾਂ ਹੋਈਆਂ ਉਹ ਬਿਲਕੁਲ ਗਲਤ ਹੋਈਆਂ ਜੀ, ਨਹੀਂ ਹੋਣੀ ਚਾਹੀਦੀ, ਔਰ ਸ਼ੌਕਿੰਗ ਹੈ ਪਰਿਵਾਰ। ਅਤੇ ਬਿਲਕੁਲ ਪਰਿਵਾਰਿਕ, ਕਿਉਂਕਿ ਘਰ ਦੇ ਵਿੱਚ ਮਾਹੌਲ ਜਿਹੜਾ ਹੈਗਾ ਉਹ ਕਾਫੀ ਗਮਗੀਨ ਹੈਗਾ, ਔਰ ਇਨਵੈਸਟੀਗੇਸ਼ਨ ਪੁਲਿਸ ਦੀ ਪੁਆਇੰਟ ਟੂ ਪੁਆਇੰਟ ਕੀਤੀ ਜਾ ਰਹੀ ਹੈ, ਕਿਉਂਕਿ ਪਰਿਵਾਰਿਕ ਮੈਂਬਰ ਹਾਲਾਂਕਿ ਜ਼ਰੂਰ ਇਹਦੇ ਵਿੱਚ ਸ਼ੌਕਿੰਗ ਹੈ, ਕਿਉਂਕਿ ਇਹ ਸਾਰੀ ਜਿਹੜੀ ਵਾਰਦਾਤ ਹੋਈ ਹੈ
ਉਹਦੇ ਵਿੱਚ ਕਿਸ ਤਰ੍ਹਾਂ ਪੂਰੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਹਨਾਂ ਦੀ ਹੀ ਗੱਡੀ, ਇਹਨਾਂ ਦੇ ਭਰਾ ਦੀ ਗੱਡੀ ਲੈ ਕੇ ਇੱਥੋਂ ਫਰਾਰ ਹੋ ਜਾਂਦਾ ਹੈ। ਹਾਲਾਂਕਿ ਸ਼ਾਹਬਾਦ ਦੇ ਵਿੱਚ ਉਹਦਾ ਐਕਸੀਡੈਂਟ ਹੋਇਆ, ਲੇਕਿਨ ਬੜੀ ਚੀਜ਼ਾਂ ਨੇ ਕਿ ਆਖਿਰ ਇਹ ਕਿਉਂ ਹੋਇਆ ਮਰਡਰ, ਕਾਰਨ ਕੀ ਸੀ, ਕਿਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਇਹਨਾਂ ਦੀ ਆਪਸੀ ਜਿਹੜੀ ਹੈਗੀ ਉਹ ਵਿਗੜੀ ਹੈ। ਇਸੇ ਘਰ ਦੇ ਵਿੱਚ ਫਸਟ ਫਲੋਰ ਦੇ ਵਿੱਚ ਇਹ ਪੂਰਾ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਜਿਹੜਾ ਹੁਣ ਵਿਅਕਤੀ ਹੋਸਪਿਟਲ ਦੇ ਪਿਆ ਕੁਰੇਸ਼ੀ, ਉਹਦੇ ਵਿੱਚ ਕਿਤੇ ਨਾ ਕਿਤੇ ਹੁਣ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਹੁਣ ਪੁਲਿਸ ਕਰਦੀ ਨਜ਼ਰ ਆ ਰਹੀ, ਲੇਕਿਨ ਹਲੇ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਜ਼ਰੂਰ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਔਰ ਹੁਣ ਦੇਖਣਾ ਹੋਵੇਗਾ ਕਿ ਰੀਜ਼ਨ ਕੀ ਹੈ ਕਿ ਕਿਉਂ ਏਕਤਾ ਦਾ ਮਰਡਰ ਕੀਤਾ ਗਿਆ ਔਰ ਬੇਰਹਿਮੀ ਦੇ ਨਾਲ ਉਸਨੂੰ ਮਰਡਰ ਕੀਤਾ ਗਿਆ ਔਰ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਹੈ। 2485B ਇਸ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਖਰੜ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।